फोटो भी खिंचियां जांदियां। फोटो भी खिंची जाती है, अलग फोटो खिंची गई तेरी पीछे ही, हाँ पीछे वीडियो बनी जाती, नहीं वीडियो बनी जाती है जी। मौसम साहब, मौसम मौसम सखेरा सखेरा भेजने नाल है मौसम ही कोई जा। हाँ अज तेरे कुत्ता भी बनाने वीडियो, लड़ाना तो तू है नहीं गा, लड़ावांगे तो दस्या था उ गगोल जाने अज अज टाइम ही नहीं होना मेरा, वीडियो बना ले। नहीं मैं हाँ गगो जाने तो कुत्ता पक्का करके आने जिदन हो तेरा टाइम होया पहलो पहलो हो तो ला जा। सोमवार को फिर लड़ा, आज की वार आज वार जुमा जुमा सोमवार वाले दिन। चलो सही सोमवार वाले शाम आज ही वण दा दरख्त ते एरिया मसवाका बड़ी टाइट बन दियां, वेखी मौसम साहब कढ़न कढ़न मसवाका क्या भाई। हां सोमवार वाले दिन फिर अपन शाम नु चलांगे। आ भुखा रखी ना, पक्का कर आइए फिर उन्हें, पक्का कर आई लड़ावांगे यार कुत्ता। वाण भी हुण खत्म ही हुंदे जांदे यार है ना। ए तां कूली होणी आ, ਉਹ ਪੱਕੀ ਮਸਵਾਕ ਲਾ, ਪੱਕੀ ਲਾ ਮਸਵਾਕ ਹੈ। ਆ ਵੇਖ ਆ ਵੇਖ ਇਸੇ ਤਰ੍ਹਾਂ ਹੱਥ ਇਹਨੂੰ ਖਿੱਚ ਥੱਲੇ, ਆ ਮਸਵਾਕ ਬੜੀ ਟਾਇਟ ਖੜੀ ਹੈ। ਕਿੱਥੇ ਪੱਕੀ ਹੈ ਮਾਮਾ, ਕੂਲੀ ਮਸਵਾਕ ਮੈਨੂੰ ਪਤਾ ਨਾ। ਆ ਮਸਵਾਕ ਲਾ, ਪੱਕੀ ਕੋਈ ਲਾ ਲਾ, ਹਾਜ਼ਰ ਹੱਥ ਦੇ ਕੋਲ ਆਵੇ ਪੱਕੀ ਪਰੇ, ਆ ਲਾ ਲਾ ਆ ਲੈ ਬਸ ਲੱਥ ਗਈ ਨਹੀਂ ਭਾਈ, ਮੈਂ ਸਵਾਕਾਂ ਜਿੰਨੀਆਂ ਮਰਜ਼ੀ ਬਣਾਉਂਦਾ ਜੀ। ਇੱਥੇ ਤੋੜਨਾ ਤੋੜ ਦੇ ਤੋੜ ਦੇ ਆ ਜਿੱਦਾਂ ਦਾ ਆਇਆ ਭਾਈ, ਬੁਰੀ ਵੀ ਨਹੀਂ ਇੱਥੇ ਕਿੱਥੇ ਕਰਨ ਨੂੰ ਟਾਈਮ ਹੀ ਨਹੀਂ ਹੁੰਦਾ, ਕਦੀ ਸਵੇਰੇ ਉੱਠ ਕੇ ਉੱਤੇ ਬਹਿਲਾ ਤੇ ਕਦੀ ਉੱਤੇ ਬਹਿਲਾ। ਐ ਜੀ ਇਹਨੂੰ ਅੱਕ ਕਹਿੰਦੇ ਆ, ਬੰਦੇ ਤੇ ਸੱਪ ਸੁੱਪ ਲੜ ਜਾਵੇ ਨਾ ਤੇ ਰੱਜ ਕੇ ਖਾਓ ਭੇੜ ਭਰ ਕੇ, ਇਹ ਬਿਲਕੁਲ ਮਿੱਠਾ ਲੱਗਦਾ ਉਦਾਂ ਇਹ ਬਹੁਤ ਕੌੜਾ ਹੁੰਦਾ, ਤੇ ਇਹਨੂੰ ਖਾਈ ਜਾਓ ਜਨਾਬ ਵਾਲੀ ਤੇ ਜ਼ਹਿਰ ਫਿਰ ਅਸਰ ਨਹੀਂ ਕਰਦਾ, ਇਹ ਗਰੰਟੀ ਵਾਲੀ ਗੱਲ, ਗਰੰਟੀ ਸ਼ੁਦਾ ਤਜਰਬਾ। ਹਾਂਜੀ 25 ਸਾਲ ਇਹ ਤਜਰਬਾ ਸਾਡਾ ਹੀ, ਸਾਡੇ ਬੰਦੇ ਕਦੇ ਲੜ ਗਿਆ ਸੀ ਅਸੀਂ ਇਹਨੂੰ ਖਵਾਇਆ ਸੀਗਾ ਤੇ ਇਹ ਠੀਕ ਹੋ ਗਿਆ। ਬਿਲਕੁਲ ਜੀ ਆਵਦ ਨਹੀਂ ਉਹਨਾਂ ਦਾ ਸੀ ਮੋਚੀਆਂ ਤੇ ਇਹਦੇ ਲੜੇ ਇਹਨੂੰ ਖਵਾਇਆ। ਇਹ ਵੀ ਜੀ ਹੁਣ ਘੱਟ ਹੀ ਲੱਭਦਾ, ਗਿਣਿਆ ਚੁਣਿਆ ਕਿਤੇ ਬੂਟਾ ਹੋਵੇ ਖੜਾ, ਅੱਗੇ ਬਹੁਤ ਹੁੰਦਾ ਸੀਗਾ, ਹੁਣ ਖਤਮ ਹੋ ਗਿਆ। ਲੋਕ ਪੱਟੀ ਜਾਂਦੇ ਜਿਹਦੇ ਮੱਥੇ ਮੁੱਥੇ ਹੈਗਾ, ਆਏ ਬਾਬੇ ਡਾਕਟਰ ਨੇ 20 ਵਾਰੀ ਵੱਢਿਆ, ਇਹ ਜਾਂਦਾ ਨਹੀਂ ਨਾ ਛੇਤੀ, ਇਹ ਵੀ ਜਿਹੜਾ ਉਗ ਪੈਂਦਾ ਫਿਰ ਵੀ। ਇਹ ਹੁਣ ਸਾਡੇ ਕੋਲ ਜੀ ਨਹਿਰ ਟੱਪੀਏ ਤੁਹਾਨੂੰ ਦਵਾਈਏ 'ਚ ਦੁੱਧ ਬੜਾ ਨਿਕਲਦਾ, ਨਹਿਰ ਟੱਪੀ ਨਹੀਂ ਜਾਣੀ, ਨਾ ਤਾਂ ਟੱਪੀ ਜਾਣੀ ਹੈ ਜੀ, ਨਹੀਂ ਨਹੀਂ ਗੋਡੇ ਨਹੀਂ ਚਲਾਉਣੇ ਬਾਈ, ਚੱਲ ਨਹੀਂ ਆਪਾਂ ਥੱਲੋਂ ਵੀ ਪਿਛੇ ਲਾਂਗੀਆਂ। ਲਓ ਜੀ ਤੁਹਾਨੂੰ ਦਿਖਾਉਂਦੇ, ਆਹ ਵੇਖਾਂ ਇੱਧਰ ਪਾਰ ਹੀ, ਆਹ ਉੱਧਰ ਖੜਾ ਜੀ, ਇੱਧਰ ਪਾਰ ਹੀ, ਆਪਾਂ ਉੱਥੇ ਚੱਲਦੇ ਅਤੇ ਇਹ ਖੜਾ ਸੁਬਹ ਸੁਬਹ ਦਾ ਟਾਈਮ ਜੀ। ਇਹ ਅੱਕ ਦਾ ਬੂਟਾ ਜੀ ਜੱਟਾਂ ਦੇ ਮੋਢਾ, ਇਹਨੂੰ ਵਿਚਾਰੇ ਨੂੰ ਕੀ ਲੱਭਣਾ, ਤਾਂ ਹੀ ਲਿਸਰਾ ਹੈ, ਜੱਟ ਕੋਈ ਦਿੰਦੇ ਨਹੀਂ, ਜੱਟਾਂ ਨੇ ਕਮਾਦ ਦੀ ਮਹੱਤ ਮਾਰੀ ਪਈ ਹੈ ਵੇਖ। ਆ ਜੀ ਕਮਾਦ ਆ, ਮਾੜਾ ਕਮਾਦ ਜਿਹਨੂੰ ਕਿਹਾ ਜਾਂਦਾ, ਇਹ ਜੀ ਅੱਕ ਤਗੜੇ ਬੰਦਿਆਂ ਦਾ ਮਾੜਾ ਕਮਾਦ, ਇਹਨੂੰ ਇੱਦਾਂ ਤੋੜੀਏ ਨਾ, ਇਹ ਵੇਖੋ ਜੀ ਇਸਦੇ ਵਿੱਚ ਦੁੱਧ ਨਿਕਲਦਾ ਅਤੇ ਬਹੁਤ ਕੌੜਾ ਹੁੰਦਾ ਹੈ, ਇਹ ਲੱਗ ਜਾਵੇ ਬੰਦੇ 'ਤੇ ਜਿੰਨਾ ਵੇਲੇ 'ਤੇ ਸੜ ਪੈਣ ਲੱਗ ਪੈਂਦਾ, ਜੇ ਕਿਸੇ ਦੀ ਜਨਾਨੀ ਦੁੱਧ ਨਾਲ ਦਿੰਦੀ ਹੋਵੇ ਤਾਂ ਇੱਥੋਂ ਪੀ ਕੇ ਆ ਕੇ, ਹਾਂ ਉਹਦਾ ਦੁੱਧ ਵਾ ਵੱਧ ਜੂ, ਦੁੱਧ ਤੋਂ ਵੱਧ ਜੂ।
ਅੱਜ ਕੱਲ ਇਹਨਾਂ ਦੀ ਦੁੱਧ ਵਾਵਾ ਹੁੰਦਾ ਜੀ। ਜਦੋਂ ਕਣਕਾਂ ਵੱਢਣੀਆਂ ਉਦੋਂ ਸੁੱਕ ਜਾਂਦਾ ਇਹਦਾ ਦੁੱਧ, ਉਦੋਂ ਮੱਝਾਂ ਦਾ ਸੁੱਕ ਜਾਂਦਾ ਜੀ, ਤੇ ਇਹਨਾਂ ਦਾ ਕਿੱਥੇ ਸੁੱਕਣਾ ਹੀ ਸੁੱਕਣਾ। ਐਨ ਫੁੱਲ ਲੱਗਦੇ ਆ, ਮੁੜ ਕੇ ਲੱਗਦੇ ਨੀ, ਬਾਕੀਆਂ ਦਾ ਪਤਾ ਨੀ। ਇਹਦੇ ਚੋਂ ਜੀ ਬੋਕਰਾਂ ਨਿਕਲਦੀਆਂ, ਘਰ ਸਫਾਈ ਕਰਨ ਵਾਲੀਆਂ, ਹੁਣ ਤਾਂ ਕਿਤੇ ਕਿਤੇ ਲੱਗੀ ਆ। ਆ ਜੀ ਨੂੰ ਬੋਕਰ, ਇਹ ਤੋਂ ਬੋਕਰ ਨਿਕਲਦੀ ਆ, ਪੀਲੇ ਜੇ ਨਿਕਲਦੇ ਤੇ ਫਿਰ ਬੋਕਰਾਂ ਬਣਦੀਆਂ ਇਹਦੀਆਂ ਜੀ। ਆ ਜੀ ਮਾਸ਼ਾਅੱਲਾ ਜੀ, ਸਾਡੇ ਮਹਿਕਮਾ ਜੰਗਲਾਤ ਉਹਦੀਆਂ ਮਿਹਰਬਾਨੀਆਂ, ਸਭ ਲੱਕੜਾਂ ਜਿਹੜੀਆਂ ਨੇ ਜੀ ਇਹ ਖੈਰ ਨਾਲ ਸੁੱਕ ਗਈਆਂ ਵਾ। ਮਹਿਕਮਾ ਜੰਗਲਾਤ ਬਹੁਤ ਅੱਛੀ ਮਿਹਨਤ ਕਰਦਾ ਇਹਨਾਂ 'ਤੇ। ਇਹ ਦੇਖੋ ਜੀ, ਤੋੜ ਤੋੜ ਤੁਹਾਨੂੰ ਬੜੇ ਦਰਖਤ ਸੁੱਕੇ ਲੱਭਣਗੇ। ਬੜੀ ਇਸੇ ਤਰ੍ਹਾਂ ਦੀ ਸਾਡਾ ਮਹਿਕਮਾ ਜੰਗਲਾਤ ਬਹੁਤ ਮਿਹਨਤ ਕਰ ਰਿਹਾ ਤਾਂ ਕਿ ਲੱਕੜ ਨੂੰ ਕਿਸੇ ਕੰਮ 'ਚ ਲਿਆ ਜਾਵੇ ਸੁਕਾ ਕੇ। ਹੈਲੋ, ਜੱਟਾਂ ਦੇ ਕੰਮ ਆਉਣੀਆਂ, ਵਿਆਹ ਕੋਈ ਗਰੀਬ ਵੱਢ ਲਿਜਾਊਗਾ ਕਿਤੇ, ਵਿਆਹ ਹੋ ਜੂ ਕਿਸੇ ਦਾ। ਆਹ ਵੇਖੋ ਜੀ, ਇੱਧਰ ਨੂੰ ਵੀ ਬੜੀਆਂ ਸੁੱਕੀਆਂ, ਅਜੇ ਤਾਂ ਪੱਟ ਲਈਆਂ ਜੀ ਆਵਾਮ ਨੇ। ਜਿਨ੍ਹਾਂ ਦਾ ਕੋਈ ਵਿਆਹ ਹੁੰਦਾ ਉਹ ਇੱਥੋਂ ਪੱਟ ਕੇ ਜਾਂਦੇ, ਇੱਥੋਂ ਵੱਢ ਕੇ ਲੈ ਜਾਂਦੇ ਆ ਜੀ। ਲੱਕੜ ਬੜੀ ਚੰਗੀ ਹੁੰਦੀ ਆ, ਵਿੱਚੋਂ ਬਾਈਆਂ ਕਢਾ ਲੈਂਦੇ ਬਾਲਣ 'ਚ। ਹਾਂ,